ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਵੈਲਕਮ ਕਰਦੇ ਹਾਂ ਅੱਜ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਇੱਕ ਹੋਰ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋ ਰਿਹਾ ਜੀ ਜਾਣਕਾਰੀ ਹੈ ਜੀ ਪੂਰੇ ਪੰਜਾਬ ਵਾਸੀਆਂ ਲਈ 600 ਯੂਨਿਟ ਮੁਫਤ ਬਿਜਲੀ ਤੇ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਜੇਕਰ ਤੁਹਾਨੂੰ ਵੀ ਮਿਲਦੀ ਹੈ ਮੁਫਤ ਬਿਜਲੀ ਤੇ ਤੁਸੀਂ ਵੀ ਕੀਤਾ ਹੈ ਇਹ ਕੰਮ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਵੀਡੀਓ ਹੈ ਜੀ 300 ਯੂਨਿਟ ਮੁਫਤ ਬਿਜਲੀ ਤੇ ਆਈ ਬੁਰੀ ਖਬਰ ਪੰਜਾਬ ਬਿਜਲੀ ਵਿਭਾਗ ਹੋਇਆ ਸਖਤ ਇਨਾ ਮੀਟਰਾਂ ਵਾਲਿਆਂ ਤੇ ਹੋਵੇਗੀ ਵੱਡੀ ਕਾਰਵਾਈ ਲੱਗੇਗਾ ਵੱਡਾ ਜੁਰਮਾਨਾ ਛੇਤੀ ਕਰ ਲੋ ਇਹ ਕੰਮ ਨਹੀਂ ਕਟਿਆ ਜਾਵੇਗਾ ਤੁਹਾਡਾ ਵੀ ਮੀਟਰ ਪੂਰੀ ਜਾਣਕਾਰੀ ਲਈ ਵੀਡੀਓ ਨਾਲ ਬਨੇ ਰਹੋ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਮੁਫਤ ਬਿਜਲੀ ਦੀ ਸਹੂਲਤ ਲਈ ਲੋਕਾਂ ਦੇ ਜੁਗਾੜ ਨੇ ਬਿਜਲੀ ਵਿਭਾਗ ਨੂੰ ਹਿਲਾਇਆ ਹੁਣ ਹੋਵੇਗਾ ਐਕਸ਼ਨ ਮੁਫਤ ਬਿਜਲੀ ਦੀ ਸਹੂਲਤ ਲੈਣ ਲਈ ਲੋਕਾਂ ਨੇ ਲੋਕਾਂ ਦੇ ਜੁਗਾੜ ਨੇ ਬਿਜਲੀ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ ਲੋਕਾਂ ਨੇ ਯੂਨਿਟਾ ਘਟਾਉਣ ਲਈ ਘਰਾਂ ਵਿੱਚ 2-2 ਮੀਟਰ ਲਵਾ ਲਈ ਹਨ ਪਹਿਲਾਂ ਤਾਂ ਬਿਜਲੀ ਵਿਭਾਗ ਮੈਂਕਮਾ ਧੜਾ ਧੜ ਮੀਟਰ ਲਾਉਂਦਾ ਗਿਆ ਪਰ ਹੁਣ ਸ਼ਕਤੀ ਦੇ ਰੋ ਵਿੱਚ ਹੈ ਇਸ ਵੇਲੇ ਬਿਜਲੀ ਵਿਭਾਗ ਨੇ ਕੋਲ ਵੱਡੀ ਪੱਧਰ ਉੱਤੇ ਅਰਜ਼ੀਆਂ ਪਈਆਂ ਹਨ ਦੱਸ ਦਈਏ ਕਿ ਭਗਵਨ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਵਿੱਚ 600 ਯੂਨਿਟ ਤੱਕ ਬਿਜਲੀ ਮੁਫਤ ਕਰਨ ਦੇ ਫੈਸਲੇ ਤੋਂ ਬਾਅਦ ਲੋਕ ਨਵੇਂ ਮੀਟਰ ਲਵਾ ਰਹੇ ਹਨ ਸੂਤਰਾ ਮੁਤਾਬਿਕ ਪਾਵਰਕਾਮ ਨੇ ਹੁਣ ਇੱਕ ਇਮਾਰਤ ਵਿੱਚ 2 ਮੀਟਰ ਲਾਉਣ ਦੀ ਪ੍ਰਕਿਰਿਆ ਉੱਤੇ ਰੋਕ ਲਾ ਦਿੱਤੀ ਹੈ ਇਸ ਦੇ ਨਾਲ ਹੀ ਇੱਕ ਇਮਾਰਤ ਵਿੱਚ ਲੱਗੇ 2 ਮੀਟਰਾਂ ਦੀ ਜਾਂਚ ਦਾ ਕੰਮ ਉਡਣ ਦਸਤੇ ਨੂੰ ਸੌਂਪ ਦਿੱਤਾ ਹੈ ਇਸ ਦੀ ਰਿਪੋਰਟ ਆਉਣ ਮਗਰੋਂ ਮੀਟਰ ਲਾਉਣ ਸੰਬੰਧੀ ਫੈਸਲਾ ਲਿਆ ਜਾਵੇਗਾ ਸੂਤਰਾਂ ਮੁਤਾਬਿਕ ਮਹਿਕਮੇ ਨੂੰ ਖਦਸਾ ਹੈ ਕਿ ਲੋਕ ਇੱਕ ਇਮਾਰਤ ਵਿੱਚ 2 ਮੀਟਰ ਲਵਾ ਕੇ ਸਕੀਮ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ ਉਡਣ ਦਸਤਾ ਇਹ ਜਾਂਚ ਕਰੇਗਾ ਕਿ ਹੁਣ ਤੱਕ ਮੀਟਰ ਨਿਯਮਾਂ ਅਨੁਸਾਰ ਲੱਗੇ ਹਨ ਜਾਂ ਨਹੀਂ ਮਿਕ ਮੇ ਵੱਲੋਂ ਮੀਟਰ ਲਵਾਉਣ ਦੀਆਂ ਅਰਜ਼ੀਆਂ ਨੂੰ ਲੈ ਕੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇੱਕ ਇਮਾਰਤ ਵਿੱਚ ਦੋ ਮੀਟਰ ਲਵਾਉਣ ਵਾਲੀ ਸਕੀਮ ਉੱਤੇ ਰੋਕ ਲਾ ਦਿੱਤੀ ਗਈ ਹੈ ਪਾਵਰਕੋਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਫਤ ਬਿਜਲੀ ਦੇ ਐਲਾਨ ਮਗਰੋਂ ਨਵੇਂ ਮੀਟਰ ਲਵਾਉਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ ਉਨ੍ਹਾਂ ਮੁਤਾਬਕ ਇੱਕ ਘਰ ਵਿੱਚ ਦੂਜਾ ਮੀਟਰ ਲਗਾਉਣ ਲਈ ਆਈ ਅਰਜ਼ੀਆਂ ਸੰਬੰਧੀ ਨਿਯਮਾਂ ਤਹਿਤ ਵਿਭਾਗ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਵਿਭਾਗ ਵੱਲੋਂ ਇੱਕ ਘਾਰ ਵਿੱਚ 2 ਮੀਟਰ ਲਾਉਣ ਵਾਲਿਆਂ ਲਈ ਕੁਝ ਸਰਤਾ ਰੱਖੀਆਂ ਗਈਆਂ ਹਨ ਤਾਂ ਦੋਸਤੋ ਜਿਨ੍ਹਾਂ ਨੇ ਇੱਕ ਲੋਕਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਤੇ ਹੁਣ ਵੱਡੀ ਕਾਰਵਾਈ ਹੋਣ ਵਾਲੀ ਹੈ ਵੱਡਾ ਜੁਰਮਾਨਾ ਲੱਗੇਗਾ ਤਾਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ ਲੈ ਕੇ ਇਸ ਸੰਸਲੇ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ